शर्मा एलिक्वेंट पंजाबी टीवी एक बार फिर तुहाडा स्वागत करता। केदा दिल करता है मर्द होने के बावजूद ताड़िया मारे ते लोका कोलो पैसे मंगे, पर कुछ लोग अजिहे होंगे ने जड़े हथी काम नहीं करना चाहते ते बड़ी आसानी दे नाल पैसा कमाना चाहते हैं। एक अजिहा शख्स नाभा दे विच असली किन्नरा दे हथे चढ़ गया, यानी कि एक नकली किन्नर असली किन्नरा दे हथे चढ़ गया ते किन्नरा ने भी उसनू खूब सबक सिखाया, क्योंकि किन्नर उसनू पहला भी किन्नर बन के पैसे मंगदे फड़ चुके सी ते उस वेले दा चेतावनी दे के छड़ दित्ता सी, पर जद दूसरी बार उन्होंने फड़िया ते उन्होंने फिर अपने तरीके दे नाल उसनू सबक सिखाया। तुसीं आप ही देख लो दैनिक फिर पंजाबी टीवी दे नाभा तो पत्रकार सुखचैन सिंह दी रिपोर्ट। ਸ੍ਰੀਆਕਾਲ, ਮੈਂ ਗੱਲ ਕਰਦੀ ਹਾਂ ਅਨੂ ਨਾਭੇ ਤੋਂ। ਇਹ ਜਿਹੜਾ ਮੁੰਡਾ ਸੂਟ ਪਾ ਕੇ ਫਿਰਦਾ ਵਾ, ਠੀਕ ਹੈ ਨਾ, ਦਲੱਦੀ ਦਾ ਮੁੰਡਾ ਸੀ, ਉੱਥੋਂ ਥਾਣੇ ਤੋਂ ਲਿਖਾਇਆ ਹੋਇਆ ਹੈ, ਉਹਨੇ ਖੁਦ ਲਿਖ ਕੇ ਦਿੱਤਾ ਆ ਕਿ ਮੈਂ ਸੂਟ ਪਾ ਕੇ ਨਾ ਤੇ ਵਧਾਈ ਚੱਕਾਂਗਾ, ਨਾ ਮੈਂ ਕੋਈ ਇੱਦਾਂ ਦਾ ਕੰਮ ਕਰਾਂਗਾ, ਖੁਸਿਆਂ ਵਾਲਾ ਕੋਈ ਵੀ ਰੋਲ ਨਹੀਂ ਕਰਾਂਗਾ, ਨਾ ਮੈਂ ਕਿਸੇ ਵੀ ਆਦਰੀ ਚ ਜਾਊਂਗਾ। ਇਹ ਮੁੰਡਾ ਹੋ ਕੇ ਸਾਡੇ ਪਿੰਡ ਮੰਗਦਾ ਹੈ, ਕੋਈ 11,000 ਲੈਂਦਾ, ਕਿਤੇ ਕੋਲ ਕੁਛ ਲੈਂਦਾ, ਕਿਤੇ ਕੋਲ ਕੁਛ ਲੈਂਦੇ, ਉਹ ਜਜਮਾਨ ਸਾਨੂੰ ਕਹਿੰਦੇ ਨੇ, ਠੀਕ ਹੈ ਨਾ, ਸਾਨੂੰ ਰੋਕਦੇ ਨੇ, ਅਸੀਂ ਤਾਂ ਉਹਨਾਂ ਦੇ ਘਰ ਜਾਂਦੇ ਹਾਂ, ਬੱਚਿਆਂ ਦੀ ਖੇਡ ਮਨਾਉਂਦੇ ਹਾਂ, ਜੋ ਦੇ ਦਿੰਦੇ ਅਸੀਂ ਉਹ ਲੈ ਲੈਂਦੇ ਹਾਂ। ਉਹ ਬੰਦੇ ਨੇ ਇੰਨਾ ਦੁਖੀ ਕੀਤਾ ਨਾ, ਕਿਸੇ ਦੇ ਘਰ 11,000, ਕਿਸੇ ਦੇ ਘਰ 21,000, ਕਿਸੇ ਦੇ ਘਰ 31,000 ਰੁਪਏ, ਉਹਨੇ ਪਰੇਸ਼ਾਨ ਕੀਤਾ ਹੈ, ਕੋਈ ਵਧਾਈ ਨਸੀਬ ਨਹੀਂ ਹੁੰਦਾ। ਕੋਈ ਤੁਹਾਨੂੰ ਕਦੋਂ ਪਤਾ ਲੱਗਿਆ ਜੀ? ਤਾਂ 2-3 ਦਿਨ ਹੋ ਗਏ ਸਾਨੂੰ ਵਧਾਈਆਂ ਲੈਂਦਿਆਂ ਨੂੰ ਬਾਈ ਜੀ। ਅਸੀਂ ਅੱਜ ਸਵੇਰ ਤੇ ਉਹਨਾਂ ਦੇ ਸਾਨੂੰ ਕੀ ਕਹਿੰਦੇ, ਅਸੀਂ ਕੱਲੇ ਮਾਜਰੇ ਗਏ, ਕੱਲੇ ਮਾਜਰੇ ਤੋਂ ਅਸੀਂ ਇੱਧਰ ਨੂੰ ਪਿੰਡਾਂ ਚ ਨੂੰ ਜਾ ਜੂ ਕੇ ਇੱਧਰ ਨੂੰ ਆਣੇ, ਕੁਝ ਮੁੰਡੇ ਵੀ ਰੱਖੇ ਹੋਏ ਨੇ ਸਾਨੂੰ ਮਾਰਨੇ ਵਾਸਤੇ, ਮੁੰਡੇ ਰੱਖੇ ਹੋਏ ਨੇ, ਮੁੰਡੇ ਸਾਨੂੰ ਧਮਕੀਆਂ ਦਿੰਦੇ ਨੇ ਵੀ ਅਸੀਂ ਤੁਹਾਡੇ ਨਾਲ ਐ ਕਰਾ ਦਾਂਗੇ, ਕਿਰਾਏ ਤੇ ਰਹਿੰਦੇ ਨੇ, ਕਿਰਾਏਦਾਰ ਸਾਨੂੰ ਧਮਕੀਆਂ ਦਿੰਦੇ ਨੇ ਬਾਈ ਜੀ। ਰਾਜੀ ਰਹੋ, ਮੈਂ ਪਰਮਾਤਮਾ ਰਾਜੀ ਰੱਖੇ ਤੁਹਾਡੇ। ਉਹ ਕਿੰਨਰਾਂ ਦੀ ਜਿਹੜੀ ਲੜਾਈ ਹੋਈ ਹੈ, ਉਹਨਾਂ ਚੋਂ ਮਤਲਬ ਉਹ ਦੋਸ਼ ਲਾ ਰਹੇ ਨੇ ਵੀ ਕੋਈ ਨਕਲੀ ਕਿੰਨਰ ਬਣ ਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਵਿਚਰ ਰਿਹਾ, ਇਹਨਾਂ ਤੋਂ ਵਧਾਈਆਂ ਮੰਗ ਰਹੇ ਹੈ, ਉਹਦੇ ਕਰਕੇ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਅਤੇ ਇਸੇ ਨੂੰ ਲੈ ਕੇ ਉਹਨਾਂ ਦਾ ਲੜਾਈ ਝਗੜਾ ਹੋਇਆ ਸੀਗਾ। ਕੋਈ ਪਹਿਲਾਂ ਥਾਣੇ ਕੰਪਲੇਂਟ ਵੀ ਦਿੱਤੀ ਸੀ ਕਿਸੇ ਨੇ? ਨਹੀਂ, ਇਹੋ ਜਿਹੀ ਕੋਈ ਕੰਪਲੇਂਟ ਨਹੀਂ। ਕੀ ਕਾਰਵਾਈ ਕੀਤੀ? ਕਾਰਵਾਈ ਦੀ ਪੜਤਾਲ ਕਰ ਰਹੇ ਹਾਂ, ਵੀ ਜੋ ਵੀ ਹੋਇਆ ਪੜਤਾਲ ਦੇ ਵਿੱਚ ਸਾਹਮਣੇ ਆਇਆ ਬੰਦਾ ਕਾਰਵਾਈ ਕੀਤੀ। ਜਿਹੜਾ ਨਕਲੀ ਕਿੰਨਰ ਦੱਸਿਆ ਜਾ ਰਿਹਾ, ਉਹ ਕਿੱਥੇ ਦਾ ਦੱਸਿਆ ਜਾ ਰਿਹਾ, ਕਿੱਥੇ ਦਾ ਰਹਿਣ ਵਾਲਾ ਸੀਗਾ? ਆਪਣੇ ਬੋੜਾ ਗੇਟ ਦਾ ਹੀ ਦੱਸ ਰਹੇ ਨੇ, ਬੋੜਾ ਗੇਟ ਦਾ ਰਹਿਣ ਵਾਲਾ, ਉੱਥੇ ਕਿਰਾਏ 'ਤੇ ਰਹਿੰਦੇ ਨੇ। ਕਦੋਂ ਤੋਂ ਕਰ ਰਿਹਾ ਸੀ ਇਹ ਜਿਹਾ, ਮਤਲਬ ਭੇਸ ਬਦਲ ਕੇ ਇਹ ਜਿਹਾ ਕੰਮ ਕਰ ਰਿਹਾ ਜਿਹੜਾ ਕਿੰਨਰ ਬਣ ਗਿਆ? ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਹੈਗਾ ਉਹ ਮਤਲਬ 5-6 ਮਹੀਨੇ ਤੋਂ ਕਰ ਰਿਹਾ, ਬਾਕੀ ਅਸੀਂ ਪੜਤਾਲ ਕਰਾਂਗੇ ਇਹਦੀ। ਅਸਲ 'ਚ ਹੈਗਾ ਜੀ ਉਹ ਨਕਲੀ ਹੈ ਇਸ ਤਰ੍ਹਾਂ? ਨਹੀਂ, ਇਹਦੇ ਬਾਰੇ ਹਾਲੇ ਕੋਈ ਨਹੀਂ ਹੈਗਾ। ਬਿਲਕੁਲ ਸਰ, ਜੋਤਿਸ਼ਕ ਵਿਦਿਆ ਇੱਕ ਸਾਇੰਸ, ਐਸਟ੍ਰੋਲੋਜਰ ਜੀਵਨ ਰਾਮ ਜੋਤਰੀ ਜੀ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚਿਹਰਾ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ? ਫੇਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ। 7082960090।
ਧੋਖਾ ਨਹੀਂ ਕੰਮ ਕਰਾਂਗਾ। ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ ਐਮ ਕੇ ਸ਼ਰਮਾ। ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ। ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।